ਪ੍ਰੋਗਰਾਮ ਰਾਤ ਨੂੰ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ। ਮੇਰੇ ਨਾਲ ਨਿਹਾਰਿਕਾ ਸਿੰਗਲਾ ਜੀ ਜੁੜੇ ਹੈ ਜਿਹੜੇ ਨਵੇਂ-ਨਵੇਂ ਹੁਣ ਪੀਸੀਐਸ ਜੁਡੀਸ਼ਰੀ ਦਾ ਐਗਜ਼ਾਮ ਪਾਸ ਕਰਕੇ ਧੂਰੀ ਤੋਂ ਜੱਜ ਬਣੇ। ਧੂਰੀ ਵੈਸੇ ਕਲਾਕਾਰਾਂ ਦਾ ਸ਼ਹਿਰ ਹੈ ਤੇ ਜੇ ਮੈਂ ਥੋੜਾ ਜਿਆਦਾ ਪਿਸ਼ੋਕੜ ਚ ਜਾਵਾਂ ਤਾਂ ਇਹ ਨਾਲ-ਨਾਲ ਜੁਡੀਸ਼ਰੀ ਦੇ ਜਿਹੜੇ ਲੋਕ ਆ ਜਿਹਨੂੰ ਅਸੀਂ ਜੱਜ ਕਹਿੰਦੇ ਆ ਉਹਨਾਂ ਦਾ ਵੀ ਸ਼ਹਿਰ ਹੈ। ਸੋ ਇਸ ਸ਼ਹਿਰ ਨੂੰ ਸ਼ਾਇਦ ਕੋਈ ਨਾ ਕੋਈ ਵਰ ਮਿਲਿਆ ਹੋਇਆ ਹੈ। ਇਹ ਦੁਨਵਾ ਤਮਾ ਦੇ ਉੱਤੇ ਆਪਣੇ ਚੰਗੇ ਪੈਰ ਜਿਹੜੇ ਉਹ ਪਸਾਰ ਰਿਹਾ। ਸੋ ਨਿਹਾਰਿਕਾ ਜੀ ਦਾ ਕਰਦੇ ਹਾਂ ਸਵਾਗਤ ਨਵੀਂ-ਨਵੀਂ ਜੱਜ ਬਣੇ ਨੇ, ਛੋਟੀ ਉਮਰ ਚ ਬਣੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਜੋਸ਼ ਵੀ ਭਰਦਾ ਹੈ, ਹੌਸਲਾ ਵੀ ਭਰਦਾ ਹੈ ਤੇ ਕਰਦਿਆਂ ਲਈ ਤੇ ਆਪਣੇ ਲਈ ਮਾਣ ਵਾਲੀ ਗੱਲ ਹੈ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸੱਸ਼ਿਕਾ। ਸੱਸ਼ਿਕਾ ਜੀ ਸਾਈਡ ਆ ਰਹੇ ਨੇ ਸੱਸ਼ਿਕਾ ਜੀ। ਠੀਕ ਹੋ। ਹਾਂ ਜੀ, ਹਾਂ ਜੀ। ਅੱਜ ਜੀ ਵਰਦੀਆ। ਅੱਛਾ ਕੁੜੀਆਂ ਕਹਿੰਦੇ ਹੁੰਦੇ ਵੀ ਟੀਚਿੰਗ ਵਾਲੇ ਪਾਸੇ ਤੁਰਦੀਆਂ ਜਦੋਂ ਇਹਨਾਂ ਨੂੰ ਸਮਝ ਆਉਂਦੀ ਹੈ ਵੀ ਅਸੀਂ ਕੀ ਬਣਨਾ ਹੈ। ਇਹ ਜੁਡੀਸ਼ਰੀ ਵਾਲੇ ਪਾਸੇ ਤੁਰਨ ਵਾਲਾ ਮਨ ਕਿਵੇਂ ਬਣਿਆ ਇਹ ਜੀ ਮੇਰਾ ਸੁਪਨਾ ਸੀਗਾ ਮੇਰੇ ਭਰਾ ਦਾ ਸੁਪਨਾ ਸੀਗਾ ਮੇਰੇ ਭਰਾ ਸਾਹਿਲ ਸਿੰਘਲਾ ਜੀ ਜੱਜ ਸੀਗੇ ਪਰ ਗੋਯਾਰ ਬੀਚ ਅਸੀਂ ਐਕਸੀਡੈਂਟ 'ਚ ਉਹਨਾਂ ਨੂੰ ਖੋ ਦਿੱਤਾ ਸੀਗਾ ਤੇ ਬਸ ਉਦੋਂ ਮੈਂ ਨੇ ਕਸਮ ਖਾ ਲਈ ਸੀ ਉਦੋਂ ਮੇਰੇ ਭਰਾ ਨੂੰ ਪ੍ਰਮੋਟ ਕਰ ਰਹੇ ਸੀ ਤੇ ਉਸ ਸਮੇਂ ਬਸ ਮੈਂ ਜਿਵੇਂ ਕਹਿ ਲੋ ਵੀ ਬਸ ਕੀਤਾ ਜਲਨੀਏ ਤੇ ਬਸ ਮੈਂ ਕਸਮ ਖਾ ਲਈ ਸੀ ਵੀ ਮੈਂ ਹੁਣ ਉਹ ਸੀਟ ਵਾਪਸ ਲੈ ਕੇ ਆਣੀ ਆ ਆਪਣੇ ਘਰ ਆਪਣੇ ਮਾਪਿਓ ਨੂੰ ਹੀ ਰਤਬਾ ਦੇਣਾ ਵਾਪਸ ਜਿਹੜਾ ਮੇਰਾ ਭਰਾ ਦੀ ਕੀ ਗਿਆ ਸੀ ਤੇ ਅੱਜ ਉਹਨਾਂ ਦੇ ਨਾਮ ਤੋਂ ਹੀ ਮੈਂ ਜਾਨੀ ਜਾ ਰਹੀ ਆ ਮੇਰਾ ਪੂਰਾ ਨਾਮ ਜੇ ਆਪਾਂ ਕਹੀ ਤਾਂ ਨਿਹਾਰਿਕਾ ਸਾਹਿਲ ਸਿੰਘਲਾ ਮੈਂ ਚਾਹਾਂਗੀ ਕਿ ਲੋਕ ਮੈਨੂੰ ਇਹ ਕਹੇਂ ਕਿਆ ਬਾਤ ਹੈ ਦੇਖੋ ਭੈਣ ਭਰਾਵਾਂ ਦਾ ਦੇਖੋ ਆਉਣਾ ਜਾਣਾ ਕੁਦਰਤ ਦੇ ਵੱਸ ਹੈ ਪਰ ਭੈਣ ਭਰਾਵਾਂ ਦਾ ਜਿਹੜਾ ਮੋਹ ਮੁਹੱਬਤ ਹੈ ਉਹ ਤੁਹਾਨੂੰ ਇੱਕ ਗੋਲ ਦੇ ਕੇ ਗਿਆ ਹੈ ਜਾਂਦੇ ਹੋਏ ਵੀ ਤੁਹਾਨੂੰ ਇੱਕ ਗੋਲ ਦੇਖਿ ਗਏ ਆ ਇਹ ਆਪਣੇ ਆਪ ਦੇ ਵਿੱਚ ਗੋਲ ਕਿੰਨਾ ਨੇ ਅਚੀਵ ਕਰਨਾ ਹੈ ਇਹ ਹੌਸਲਿਆਂ ਨੇ ਇਹ ਹੀ ਜਿਹੜੇ ਪ੍ਰਣ ਕੀਤੇ ਹਨ ਫਿਰ ਸ਼ੁਰੂਆਤ ਕਿਵੇਂ ਹੋਈ ਤਾਂ ਤੁਹਾਡੀ ਗ੍ਰੈਜੂਏਸ਼ਨ ਦੀ ਗੱਲ ਕਰੀਏ ਤੁਹਾਡੀ ਗ੍ਰੈਜੂਏਸ਼ਨ ਕਿਵੇਂ ਰਹੀ ਪਹਿਲਾਂ ਜੀ ਮੈਂ ਐਕਚੁਅਲੀ ਮੈਂ ਤਾਂ ਜਿਵੇਂ ਫਿਜ਼ਿਕਸ ਆਨਰਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਜੱਜ ਬਣੇ ਤਾਂ ਉਹਨਾਂ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੀ ਇਨਸਪੀਰੇਸ਼ਨ ਮਿਲਦੀ ਰਹੀ ਕਿਉਂ ਮੈਨੂੰ ਇਹ ਰਾਜਪਾਤ ਚਲੇ ਗਏ ਦੋ ਯਰ 20 ਜੀ ਅਜੇ ਮੇਰੀ ਸਟਾਰਟ ਹੀ ਹੋਈ ਸੀਗੀ ਲਾਅ ਤੇ ਮਤਲਬ ਸaat ਛੋਟੀਆਂ ਉਹਨਾਂ ਦਾ ਪਰ ਤੁਸੀਂ ਲਾ ਲੂ ਵੀ ਲਾਸਟ ਇਅਰ ਖਤਮ ਹੋਈ ਹੈ ਤੇ ਹੁਣ ਤੱਕ ਅੱਜ ਦੇ ਦਿਨ ਤੱਕ ਉਹ ਮੇਰੇ ਨਾਲ ਹੀ ਰਹੇ ਹਨ ਚਾਹੇ ਰੂਹਾਂ ਜਿਵੇਂ ਕਹਿੰਦੇ ਆਂ ਵੀ ਅਮਰ ਰਹਿੰਦੀਆਂ ਜਾਂਦੀਆਂ ਨਹੀਂ ਕਿਤੇ ਉਹ ਰੂਹਾਂ ਹੀ ਆਂ ਜਿਹੜੀਆਂ ਗਾਈਡ ਕਰ ਰਹੀਆਂ ਸੀਗੀਆਂ ਮੈਨੂੰ ਤੇ ਬਸ ਫਿਜ਼ਿਕਸ ਆਨਰਸ ਤੁਸੀਂ ਦੇਖ ਲਓ ਚੇਂਜ ਕਰਕੇ ਮੈਂ ਆਪਣਾ ਲਾਅ ਦਾ ਇੱਧਰ ਆਈ ਥੀ ਤੁਹਾਡੇ ਸਾਹਮਣੇ ਜੀ ਜੱਜ ਬਣ ਕੇ ਕੀ ਕੀ ਬਾਤ ਹੈ ਅੱਛਾ ਮੈਨੂੰ ਇਹ ਦੱਸਿਓ ਵੀ ਜਿਹੜੀ ਸ਼ਿਫਟਿੰਗ ਕੇ ਮੇਰੇ ਹੀ ਫਿਰ ਸ਼ਿਫਟਿੰਗ ਜੀ ਆਸਾਨੀ ਰਹੀਏ ਇੱਕ ਮਤਲਬ ਦੇਖੀਏ ਤਾਂ ਪਹਿਲਾਂ ਪਹਿਲਾਂ ਤਾਂ ਆਸਾਨ ਰਹੀ ਸੀ ਪਰ ਜਦੋਂ ਬਾਅਦ ਨੂੰ ਉਹਨਾਂ ਦੇ ਜਾਨ ਤੋਂ ਬਾਅਦ ਜਿਹੜੀ ਔਕੜਾਂ ਆਈਆਂ ਉਹ ਮੈਨੂੰ ਪਤਾ ਹੈ ਦਿਨ ਰਾਤ ਜਿਵੇਂ ਦਿਨੇ ਪੜ੍ਹਨਾ ਹੁੰਦਾ ਸੀ ਪਰ ਰਾਤ ਨੂੰ ਕਈ ਵਾਰ ਮੈਨੂੰ ਰੋਣਾ ਵੀ ਆਉਂਦਾ ਸੀਗਾ ਪਰ ਫੇਰ ਬਸ ਉਹ ਸੋਚ ਕੇ ਵੀ ਨਹੀਂ ਨਹੀਂ ਉਹਦਾ ਸੁਪਨਾ ਪੂਰਾ ਕਰਨਾ ਹੈ ਉਹ ਨਹੀਂ ਕਿਤੇ ਜਾਣ ਦੇਣਾ ਸੀਟ ਨਹੀਂ ਜਾਣ ਦੇਣੀ ਤੇ ਜਿਹੜੀ ਇੱਕ ਸੁਸਾਇਟੀ ਲਈ ਉਹਨਾਂ ਨੇ ਇੱਕ ਸੋਚਿਆ ਸੀ ਵੀ ਲੋਕਾਂ ਦੀ ਮਦਦ ਕਰਨੀ ਹੈ ਉਹ ਜਸਟਿਸ ਦੇ万ਨੇ ਲੋਕਾਂ ਨੂੰ ਬਸ ਉਹ ਚੀਜ਼ ਨੂੰ ਮੱਦੇਨ ਬਸ ਉਹ ਚੀਜ਼ ਆਪਣੇ ਦਿਮਾਗ 'ਚ ਬਿਠਾ ਲਈ ਸੀ ਵੀ ਬਸ ਲੋਕਾਂ ਨੂੰ ਜਸਟਿਸ ਦੇਣਾ ਹੈ ਤੇ ਉਹਦਾ ਸੁਪਨਾ ਪੂਰਾ ਕਰਨਾ ਹੈ। ਕੀ ਬਾਤ ਹੈ। ਅੱਛਾ ਫਿਰ ਐਗਜ਼ਾਮ ਦਾ ਜਿਹੜਾ ਦੇਖੋ ਸਿਵਲ ਸਰਵਿਸ ਹੋਈ ਜਾਂ ਜੁਡੀਸ਼ਰੀ ਦਾ ਪੀਸੀਐਸ ਦਾ ਐਗਜ਼ਾਮ ਹੈਗਾ ਤੁਸੀਂ ਪਹਿਲੀ ਅਟੈਂਪਟ ਦੇ ਵਿੱਚ ਇਹਨੂੰ ਪਾਸ ਕੀਤਾ ਹੈ। ਤਿਆਰੀ ਦਾ ਪ੍ਰੋਗਰਾਮ ਕਿਵੇਂ ਰਿਹਾ? ਤਿਆਰੀ ਡੇ ਪ੍ਰੋਗਰਾਮ ਕੀ ਰਿਹਾ? ਕੋਚਿੰਗ ਲਈ ਨੋਟਸ ਬਣਾਏ ਕਿਵੇਂ ਰਿਹਾਏ ਪ੍ਰੋਗਰਾਮ ਸਰ? प्यारी जी देखो मैं सेल्फ स्टडी ਕੀਤੀ ਸੀ ਜਦੋਂ ਮੈਂ ਲਾਜ ਐਡਮਿਸ਼ਨ ਲੈ ਲਈ ਸੀ ਮੈਂ ਥੋੜਾ ਥੋੜਾ ਜਿਵੇਂ ਬੱਚਾ ਹੁੰਦਾ ਹੈ ਵੀ ਇੱਕ ਇੰਜੋਏਮੈਂਟ ਵੀ ਹੁੰਦੀ ਹੈ ਤੇ ਨਾਲ ਨਾਲ ਪੜ੍ਹਨਾ ਵੀ ਹੁੰਦਾ ਹੈ ਤੇ ਮੈਂ ਉਹ ਵੀ ਜਾਰੀ ਰੱਖਿਆ ਦੋਨੇ ਚੀਜ਼ਾਂ ਮੈਂ ਬੈਲੈਂਸ ਕਰਕੇ ਚੱਲੀਆਂ ਸੀ ਐਨ इजी ਵੀ ਇੱਕ ਚੀਜ਼ ਵਲ ਜਿਵੇਂ ਪੜ੍ਹਾਈ ਹੀ ਹੈ ਤੇ ਪੜ੍ਹਨਾ ਹੀ ਹੈ ਇਤਨਾ ਨਹੀਂ ਸੀ ਬੈਲੈਂਸ ਕਿਤਨਾ ਮੈਂ ਬਟ ਜਦੋਂ ਮੇਰੀ ਗ੍ਰੈਜੂਏਸ਼ਨ ਖਤਮ ਹੋਈ ਉਸ ਦਰਾਂ ਉਸ ਤੋਂ ਬਾਅਦ 2 ਮਹੀਨੇ ਬਾਅਦ ਨੋਟੀਫਿਕੇਸ਼ਨ ਆ ਗਈ ਸੀ ਬਸ ਫਿਰ ਉਸ ਤੋਂ ਬਾਅਦ ਮੈਂ ਦਿਨ ਰਾਤ जुट ਗਈ ਵੀ ਆਪਣਾ ਦਿਨ ਰਾਤ ਪੜ੍ਹਨਾ ਹੈ ਸੈਲ ਸਟੱਡੀ ਕੀਤੀ ਮੈਂ ਉਹਨਾਂ ਦੇ ਨੋਟਸ ਵੀ ਮੈਨੂੰ ਬਹੁਤ ਹੈਲਪਫਲ ਮੈਨਂ ਸਾਬਿਤ ਹੋਏ ਭయ్యా ਦੇ ਜਿਹੜੇ ਮੇਰੇ ਨੋਟਸ ਸੀਗੇ ਉਹ ਵੀ ਮੇਰੇ ਕੋਲ ਹੈਗੇ ਸੀਗੇ ਤੇ ਬਸ ਸੈਲ ਸਟੱਡੀ ਕੀਤੀ ਬੁੱਕਸ ਪੜ੍ਹੀਆਂ ਦਿਨ ਰਾਤ ਆਪਣਾ ਇੱਕ ਸਕੀਡਿਊਲ ਬਣਾ ਲਿਆ ਮੈਂ ਐਕਚੁਅਲੀ ਰਾਤ ਨੂੰ ਪੜ੍ਹਦੀ ਸੀਗੀ ਜਿਵੇਂ ਕਈ ਬੱਚੇ ਹੁੰਦੇ ਹਨ ਨਾ ਵੀ ਸਵੇਰੇ 6 ਵਜੇ ਸਨੀਹਾ ਉੱਠ ਕੇ ਪੜ੍ਹਦੇ ਐ ਮੈਂ ਐਕਚੁਅਲੀ ਰਾਤ ਨੂੰ ਪੜ੍ਹਦੀ ਸੀਗੀ ਮੈਨੂੰ ਐਸੀ ਵੀ ਰਾਤ ਨੂੰ ਪੂਰਾ ਸ਼ਾਂਤੀ ਹੁੰਦੀ ਐ ਤੇ ਮੈਨੂੰ ਮਤਲਬ ਸਭ ਦਾ ਆਪਣਾ ਲਗ-ਲਗ ਸਕੀਡਿਊਲ ਐ ਜੀ ਹਾਂਜੀ ਬਿਲਕੁਲ ਸਵੇਰੇ ਮੈਨਾ ਪੱਣਾ 3-4 ਵਜੇ ਤੱਕ ਫਿਰ ਵਾਰ ਸਵੇਰੇ ਉੱਠਣਾ ਮੇਰਾ ਇਹ ਸੀਗਾ ਜੀ ਸਕੀਡਿਊਲ ਅੱਛਾ ਅੱਛਾ ਜਦੋਂ ਤੁਹਾਨੂੰ ਐਗਜ਼ਾਮ ਤੁਸੀਂ ਹੁਣ ਪਾਸ ਕਰ ਲਿਆ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਗਜ਼ਾਮ ਦੀ ਡਿਮਾਂਡ ਕੀ ਹੈ ਐਗਜ਼ਾਮ ਡਿਮਾਂਡ ਕੀ ਕਰਦਾ ਤੁਹਾਡੇ ਤੋਂ ਐਗਜ਼ਾਮ ਦੇਖੋ ਬੇਸਿਕਲੀ ਸਾਰੇ ਐਗਜ਼ਾਮਸ ਨੇ ਹੀ ਡਿਮਾਂਡ ਕਰਦੇ ਆ ਵੀ ਤੁਹਾਡੀ ਕੰਸਿਸਟੈਂਸੀ ਰਵੇ ਇਸ ਤੇ ਇਹ ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਵੀ ਹਾਂ ਵੀ ਤੁਸੀਂ ਬੁੱਕਸ ਪੜ੍ਹ ਲਓਗੇ ਰੈਫਰੈਂਸ ਬੁੱਕਸ ਪੜ੍ਹ ਲਓਗੇ ਤਾਂ ਤੁਸੀਂ ਹੋ ਜਾਓਗੇ ਨਹੀਂ ਕੰਸਿਸਟੈਂਸੀ ਇੱਕ ਮੇਨ ਇੰਪੋਰਟੈਂਟ ਇੰਗਰੀਡੀਅੰਟ ਹੈ ਵੀ ਜਿਹੜਾ ਤੁਹਾਨੂੰ ਸਕਸੈਸ ਦੇ ਰਾਹ ਲੈ ਕੇ ਜਾਊਗਾ ਤੇ ਰਿਵੀਜ਼ਨ ਮੈਂ ਬਾਤ ਤੋਂ ਬਾਤ ਜਿੰਨੇ ਵੀ ਬੱਚੇ ਜਿਹੜੇ ਗਾਈਡੈਂਸ ਲੈਂਦੇ ਆ ਜਾਂ ਕੁਝ ਵੀ ਮੇਰੇ ਨਾਲ ਗੱਲ ਕਰਦੇ ਆ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਆ ਵੀ ਰਿਵੀਜ਼ਨ ਜ਼ਰੂਰ ਕਰੋ ਕਿਉਂਕਿ ਤੁਸੀਂ ਅੱਜ ਯਾਦ ਕੀਤਾ 2 ਦਿਨ ਬਾਅਦ ਉਹਨੂੰ ਭੁੱਲ ਜਾਣਾ ਲੇਕਿਨ ਰਿਵੀਜ਼ਨ ਇਹ ਜੀ ਚੀਜ਼ ਹੈ ਜਿਹੜੀ ਤੁਹਾਨੂੰ ਉਹ ਚੀਜ਼ ਤੁਹਾਡੇ ਦਿਮਾਗ 'ਚ ਫਿੱਟ ਕਰ ਦਿਓ ਬਸ ਤੁਸੀਂ ਐਗਜ਼ਾਮ 'ਚ ਜਾਣਾ ਹੈ ਤੁਹਾਨੂੰ ਟਿਪਸ ਤੇ ਹੋਣੀ ਚਾਹੀਦੀ ਚੀਜ਼ਾਂ ਵੀ ਹਾਂ ਬਸ ਇਹ ਚੀਜ਼ ਇਹਦਾ ਆਨਸਰ ਇਹ ਹੈ ਅੱਛਾ ਇਹ ਜਣੀ ਰਿਵੀਜ਼ਨ ਹੈ ਜਾਂ ਜਿਹੜੀ ਲਗਾਤਾਰਤਾ ਪੜ੍ਹਾਈ ਦੇ ਨਾਲ ਜੁੜ ਕੇ ਰਹਿਣਾ ਉਹ ਇਹਦੇ ਵਿੱਚ ਸਭ ਤੋਂ ਜਣੀ ਪਿੰ ਪੁਆਇੰਟ ਹੈ ਪਿੰ ਪੁਆਇੰਟ ਕਿਉਂਕਿ ਬੱਚੇ ਐਕਚੁਅਲੀ ਮੈਂ ਇਹ ਨਹੀਂ ਕਹਿੰਦੀ ਵੀ ਕੋਚਿੰਗ ਨਾ ਲਓ ਪਰ ਥੋੜੀ ਸੈਲਫ ਸਟੱਡੀ ਆਖਿਰਕਾਰ ਨੂੰ ਤੁਹਾਨੂੰ ਆ ਕੇ ਸੈਲਫ ਸਟੱਡੀ ਹੀ ਕਰਨੀ ਪਊਗੀ ਤੁਸੀਂ ਗਾਈਡੈਂਸ ਲਓ ਜ਼ਰੂਰ ਲਓ ਕਿਉਂਕਿ ਬਹੁਤ ਸਾਰੇ ਟੀਚਰਸ ਨੇ ਮੈਂ ਆਪਣੇ ਟੀਚਰਸ ਦੀ ਵੀ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਗਾਈਡੈਂਸ ਦਿੱਤੀ ਪਰ ਆਖਿਰਕਾਰ ਤੁਹਾਨੂੰ ਤੁਹਾਡੀ ਮਿਹਨਤ ਹੀ ਅੱਗੇ ਪਹੁੰਚਾਉਗੀ ਜਿਹੜੀ ਤੁਸੀਂ ਸੈਲਫ ਸਟਡੀ ਕਰੋਗੇ ਉਹ ਤੁਹਾਡੀ ਜਿਹੜੀ ਸੈਟਿੰਗ ਹੈ ਉਹ ਤੁਹਾਨੂੰ ਰੱਖਣੀ ਪਊਗੀ ਸਾਰੇ ਬੱਚਿਆਂ ਅੱਛਾ ਜਦੋਂ ਐਗਜ਼ਾਮ ਜਿਹੜਾ ਐਗਜ਼ਾਮੀਨਰ ਜਿਨ੍ਹਾਂ ਨੇ ਐਗਜ਼ਾਮ ਲੈਣਾ ਹੈ ਪੀਸੀਐਸ ਦਾ ਜਾਂ ਜੁਡੀਸ਼ਰੀ ਦੇ ਐਗਜ਼ਾਮ ਦੀ ਜਿਹੜੀ ਡਿਮਾਂਡ ਹੈ ਉਹ ਲਾ ਦੇ ਨੇੜੇ ਤੇੜੇ ਜਿਹੜੇ ਸਵਾਲ ਆਉਂਦੇ ਆ ਉਹ ਤੁਹਾਡੀ ਸਮਝ ਪਰਖਦੇ ਆ ਤੁਹਾਡੀ ਸਟੱਡੀ ਪਰਖਦੇ ਆ ਤੁਹਾਡੀ ਕਰੰਟ ਅਫੇਅਰਸ ਨੂੰ ਟੱਚ ਕਰਦੇ ਆ ਕਿਸ ਤਰ੍ਹਾਂ ਦੇ ਸਵਾਲ ਆਉਂਦੇ ਆ ਤੁਹਾਨੂੰ ਲੱਗਦਾ ਇਹ ਚ ਐਕਚੁਅਲੀ ਜੁਡੀਸ਼ਰੀ 'ਚ ਇੱਕ ਥੋੜਾ ਜਿਹਾ ਐਡਵਾਂਟੇਜ ਆਪਾਂ ਕਹਿ ਸਕਦੇ ਆ ਵੀ ਇਹ ਤਾਂ ਥੋੜਾ ਸਿਲੇਬਸ ਕਨਫਾਈਂਡ ਹੈ ਮਤਲਬ ਰਿਸਪੈਕਟਿਡ ਸਿਲੇਬਸ ਹੈ ਥੋੜਾ ਪਤਾ ਹੁੰਦਾ ਹੈ ਕਿ ਜਿਵੇਂ ਇਹੀ ਸਬਜੈਕਟਸ ਤੁਹਾਨੂੰ ਆਣੇ ਬਟ ਜਿਵੇਂ ਇੰਟਰਨ ਜਿਵੇਂ ਇੱਕ ਕਰੰਟ ਅਫੇਅਰਸ ਹੋਗੇ ਨੈਸ਼ਨਲ ਹੋਗੇ ਇੰਟਰਨੈਸ਼ਨਲ ਹੋਗੇ ਉਹ ਵੀ ਉਹਦੇ ਜਿਵੇਂ ਲਾ ਦੇ ਰਿਲੇਟਿਡ ਹੀ ਪੁੱਛਦੇ ਆ ਉਹ ਕੋਈ ਵੀ ਰੀਸੈਂਟ ਜੱਜਮੈਂਟ ਹੋਈ ਹੈ ਉਹਦੇ ਰਿਲੇਟਿਡ ਤੁਹਾਨੂੰ ਅਪਡੇਟ ਰਹਿਣਾ ਪਊਗਾ ਕੋਈ ਹਰ ਦਿਨ ਦੀ ਜਿਹੜੀ ਵੀ ਕੋਈ ਜੱਜਮੈਂਟ ਹੋਈ ਹੈ ਸੁਪਰੀਮ ਕੋਰਟ ਦੀ ਹੈ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੀ ਹੈ ਉਹ ਤੁਹਾਨੂੰ ਰਹਿਣਾ ਹੀ ਪਊਗਾ ਅਪਡੇਟ ਐਂਡ ਮਤਲਬ ਇਵੇ ਹੀ ਵੀ ਲਾ ਦੇ ਇਰਤਗਿਰਦੀ ਘੁੰਮਦੀ ਹੈ ਸਾਰੀ ਚੀਜ਼ਾਂ ਪਰ ਹਾਂ ਤੁਹਾਨੂੰ ਅਪਡੇਟ ਸਾਰੀ ਚੀਜ਼ਾਂ ਬਾਰੇ ਰਹਿਣਾ ਪਊਗਾ ਕਿਉਂਕਿ ਉਹ ਤੁਸੀਂ ਆਪਣੇ ਮੇਨਸ ਦੀ ਅਨਸਰ ਰਾਈਟਿੰਗ ਵਿੱਚ ਉਹ ਪੁਆਇੰਟ ਜੇ ਲਿਖ ਕੇ ਆਉਂਗੇ ਤੁਹਾਨੂੰ ਐਕਸਟਰਾ ਜਿ ਮਿਲੂਗਾ ਅੱਛਾ ਇੱਕ ਇੱਕ ਚੀਜ਼ ਇਹ ਅਭੀ ਤੁਹਾਡਾ ਸਬਜੈਕਟ ਹੋਰ ਨਾਲ ਗ੍ਰੈਜੂਏਸ਼ਨ ਸੀ ਗਰਾਊਂਡ ਹੋਰ ਤਰ੍ਹਾਂ ਦਾ ਸੀ ਉਸ ਗਰਾਊਂਡ ਉਹ ਗਰਾਊਂਡ ਹੈਲਪਫੁਲ ਰਿਹਾ ਉਸ ਗਰਾਊਂਡ ਨਾਲ ਡਿਸਟਰਬੈਂਸ ਆਈ ਕਿਵੇਂ ਰਿਹਾ ਨਹੀਂ ਹੈਲਪ ਵੀ ਕੋ ਪੜਾਈ ਆਪਾਂ ਕਹਿੰਦੇ ਆ ਨੋਲੇਜ ਨੈਵਰ ਗੋ ਵੇਸਟ ਹਨਾ ਅਕਨੋਲਜ ਕਦੇ ਵੀ ਵੇਸਟ ਨਹੀਂ ਜਾਂਦੀ ਕਿਤੇ ਨਾ ਕਿਤੇ ਤੁਹਾਨੂੰ ਨੋਲਿਜ ਕੰਮ ਆਉਂਦੀ ਹੈ ਹੁਣ ਮੇਰੀ ਗ੍ਰੈਜੂਏਸ਼ਨ ਦੇ ਕੀ ਸੀ ਵੀ ਮੈਨੂੰ ਜਿਹੜੀ ਮੇਰੀ ਫਿਜ਼ਿਕਸ ਦੀ ਪੜ੍ਹਾਈ ਸੀਗੀ ਉਹਨੇ ਮੇਰਾ ਦਿਮਾਗ ਸ਼ਾਰਪ ਕੀਤਾ ਕਿਉਂਕਿ ਉਹਦੇ ਵਿੱਚ ਜਿਵੇਂ ਐਨਾਲਿਟিক্যাল ਪੜ੍ਹਾਈ ਹੁੰਦੀ ਹੈ ਐਂਡ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਬੰਦੇ ਦਾ ਬ੍ਰੇਨ ਸ਼ਾਰਪ ਹੁੰਦਾ ਤੇ ਉਹੀ ਚੀਜ਼ ਮੈਨੂੰ ਅੱਜ ਕੰਮ ਆਈ ਮੇਰੀ ਸੈਟਿੰਗ ਵੱਧ ਗਈ ਜੁਡੀਸ਼ਰੀ ਦੀ ਪ੍ਰੈਪਰੇਸ਼ਨ ਲਈ ਸੈਟਿੰਗ ਬਹੁਤ ਇੰਪੋਰਟੈਂਟ ਹੈ ਤੇ ਆਪਣਾ ਬ੍ਰੇਨ ਸਾਰਪ ਹੁਣਾ ਉਹ ਵੀ ਬਹੁਤ ਇੰਪੋਰਟੈਂਟ ਹੈ ਤੇ ਇਹ ਚੀਜ਼ਾਂ ਮੈਨੂੰ ਹੈਲਪ ਤਾਂ ਜ਼ਰੂਰ ਕੀਤੀਆਂ ਜੀ ਪੜਾਈ ਕਰਦੀ ਨਹੀਂ ਰੀਜ਼ਨਲੀ ਕੀ ਬਾਤ ਹੈ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਚ ਕਿਹੜੀ ਚੰਗੀ ਚੀਜ਼ ਸੀ ਬੰਦਾ ਆਪ ਦੇ ਆਪ ਨੂੰ ਸਕੈਨ ਕਰਦਾ ਹੈ ਕਿਹੜੇ ਚੰਗੇ ਗੁਣ ਸੀ ਜਾਂ ਕਿਹੜੀਆਂ ਚੰਗੀਆਂ ਆਦਤਾਂ ਸੀਗੀਆਂ ਜਿਹੜੀਆਂ ਤੁਹਾਨੂੰ ਇਸ ਐਗਜ਼ਾਮ ਦੇ ਪਾਰ ਲੈ ਗਈ ਦੇਖੋ ਹਰ ਇੱਕ ਇਨਸਾਨ ਕੋਈ ਇਨਸਾਨ ਪਰਫੈਕਟ ਨਹੀਂ ਹੁੰਦਾ ਹਨਾ ਸਾਰੇ ਚੀਜ਼ਾਂ ਇੰਪਰਫੈਕਸ਼ਨਸ ਹੁੰਦੀ ਹੈ ਮੇਰੇ ਇੰਪਰਫੈਕਸ਼ਨਲ ਵੀ ਬਹੁਤ ਜ਼ਿਆਦਾ ਹੋਣਗੀਆਂ ਪਰ ਜੇ ਤੁਸੀਂ ਇੱਕ ਚੀਜ਼ ਦੀ ਗੱਲ ਕਰوں ਉਹ ਸੀਗੀ ਮੇਰੀ ਜਨੂਨੀਅਤ ਕਿਉਂਕਿ ਮੈਂ ਜਿੱਦੋਂ ਤੁਹਾਨੂੰ ਦੱਸਿਆ ਸੀ ਵੀ ਮੈਂ ਉੱਥੇ ਕਸਮ ਖਾ ਲਈ ਸੀ ਵੀ ਮੈਂ ਆਪਣੇ ਭਰਾ ਦਾ ਸੁਪਨਾ ਪੂਰਾ ਕਰਨਾ ਹੈ ਤੇ ਉਹਨਾਂ ਦੀ ਸੀਟ ਲੈ ਕੇ ਆਣੀ ਹੈ ਵਾਪਿਸ ਤੇ ਉਹ ਹੀ ਆਪਣੇ ਮਾਪਿਓ ਨੂੰ ਉਹ ਹੀ ਰੁਤਬਾ ਦੇਣਾ ਕਿਉਂਕਿ ਮੇਰੇ ਮਾਪਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਰਾਤ ਨੂੰ ਪੜਦੀ ਹੁੰਦੀ ਸੀ ਤੇ ਉਹ ਸੌਂਦੇ ਨਹੀਂ ਹੁੰਦੇ ਸੀ ਉਹ ਵੀ ਜਾਗਦੇ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੇ ਵੀ ਮੇਰੇ ਨਾਲ ਤਪੱਸਿਆ ਹੀ ਕੀਤੀ ਹੈ ਉਹਨਾਂ ਨੇ ਤਪੱਸਿਆ ਕੀਤੀ ਹੈ ਤਾਂ بس ਉਹ ਚੀਜ਼ ਉਹਨਾਂ ਦੇ ਕਦਮਾਂ 'ਚ ਰੱਖਣੀ ਸੀਗੀ ਵੀ ਤੁਹਾਡਾ ਰੁਤਬਾ ਤੁਹਾਨੂੰ ਵਾਪਸ ਮਿਲ ਗਿਆ ਠੀਕ ਹੈ ਤੇ ਜਿਹੜੀ ਜਨੂਨੀਅਤ ਮੇਰੇ 'ਚ ਸੀਗੀ ਇਹ ਜਨੂਨੀਅਤ ਹੀ ਮੈਨੂੰ ਅੱਗੇ ਲੈ ਕੇ ਗਈ ਹੈ ਹੁਣ ਤੱਕ ਤੁਹਾਡੇ ਜਿਹੜੇ ਭਾਈ ਸਾਹਿਬ ਚਲੇ ਗਏ ਉਹਨਾਂ ਤੋਂ ਕਿਹੜੀਆਂ ਚੀਜ਼ਾਂ ਅਡਾਪਟ ਕੀਤੀਆਂ ਤੁਸੀਂ ਮੇਰੇ ਬ੍ਰਦਰ ਜੀ ਸਾਰੇ ਵੈਸੇ ਤਾਂ ਕਹਿੰਦੇ ਨੇ ਕਵਾਹ ਐ ਸਾਰੇ ਵੀ ਬਹੁਤ ਡਾਊਨ ਟੂਵਰਡ ਸੀਗੇ ग्राउंडेड ਸੀਗੇ ਬਿਲਕੁਲ ਤੇ ਸਭ ਨਾਲ ਇਕੁਅਲੀ ਬਿਹੇਵ ਕਰਨਾ ਉਹਨਾਂ ਨੇ ਇਦਾਂ ਬਿਲਕੁਲ ਨਹੀਂ ਸੀਗਾ ਵੀ ਉਹਨਾਂ 'ਚ ਕੋਈ ਈਗੋ ਸੀਗੀ ਜਾਂ ਕੋਈ ਵੀ ਮੈਂ ਜੱਜ ਬਣ ਗਿਆ ਜਿਵੇਂ ਇਦਾਂ ਦਾ ਬਿਲਕੁਲ ਕੁਝ ਨਹੀਂ ਸੀ ਬਸ ਉਹੀ ਚੀਜ਼ਾਂ ਮੈਂ ਐਡਾਪਟ ਕਰਨੀ ਹੈ ਤੇ ਹਮੇਸ਼ਾ ਬਸ ਇਹ ਕਹਿੰਦੀ ਸੀ ਵੀ ਜਿਹੜੀ ਵੀ ਅੰਡਰ ਪ੍ਰਿਵਿਲੇਜ ਲੋਕ ਨੇ ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਦਾ ਉਹ ਤੁਹਾਡੇ ਕੋਲ ਹੀ ਐਕਸਪੈਕਟ ਕਰਦੇ ਆ ਵੀ ਤੁਸੀਂ ਉਹਨਾਂ ਨੂੰ ਜਸਟਿਸ ਦਿਵਾਉਂਗੇ ਤਾਂ ਤੁਸੀਂ ਇੱਕ ਇਹੋ ਜਿਹੀ ਵੱਡੀ ਸੀਟ ਤੇ ਪਹੁੰਚੇ ਹੋ ਜਿਵੇਂ ਕਹਿੰਦੇ ਨੇ ਵੀ ਜੱਜ ਰੱਬ ਦਾ ਜਿਵੇਂ ਦੂਜਾ ਹੀ ਰੂਪ ਹੈ ਜਿਹੜਾ ਜਸਟਿਸ ਹੁੰਦਾ ਸਾਰਿਆਂ ਨੂੰ ਤਾਂ ਬਸ ਇਹ ਰਿਸਪੌਂਸਿਬਿਲਟੀ ਉਹਨਾਂ ਨੇ ਸਖਾਈ ਸੀ ਵੀ ਇਹ ਰਿਸਪੌਂਸਿਬਿਲਟੀ ਹੈ ਤੇ ਇਹਨੂੰ ਨਿਭਾਣਾ ਹੈ ਬਖੂਬੀ ਨਿਭਾਣੇ ਪੂਰਾ ਬੰਦਾ ਪੜਦਾ ਲੈਂਦਾ ਹੈ ਟੈਸਟ ਸੀਰੀਜ਼ ਵਗੈਰਾ ਜੁਆਇਨ ਕੀਤੀ ਉਹ ਉਹਨੂੰ ਕਿਵੇਂ ਦੇਖਦੇ ਹੁੰਸੀ हां जी मैं मेंस ਦੀ ਜਿਵੇਂ ਲਿਖਤੀ ਸੀ ਅਨਸਰ ਰਾਈਟਿੰਗ ਇੰਪੋਰਟੈਂਟ ਹੈ ਕਰਨੀ ਕਿਉਂਕਿ मेंस ਜੀ ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਨਾ ਉਨੇ ਹੀ ਅੱਗੇ ਮਤਲਬ ਤੁਸੀਂ ਆਪਣੀ ਸਕਿੱਲਸ ਨੂੰ ਹੋਰ ਇਨਹਾਂਸ ਕਰਦੇ ਰਹੋਗੇ ਤਾਂ ਮੈਂ ਕਹਿਨੀ ਹਾਂ ਬੱਚੇ ਨੂੰ ਤੁਸੀਂ ਲਿਖੋ ਅਨਸਰਸ ਵੈਸੇ ਤੁਸੀਂ ਸਟਾਰਟਿੰਗ ਤੋਂ ਹੀ ਸਟਾਰਟ ਕਰ ਦੋ ਅਨਸਰਸ ਲਿਖਨੇ ਜਦੋਂ ਤੁਸੀਂ ਤਿਆਰੀ ਚ ਪਾਓ ਇੱਕ ਇੱਕ ਪੇਜ ਰੋਜ਼ ਅਨਸਰਸ ਉਹ ਤੁਸੀਂ ਲਿਖ ਸਕਦੇ ਹੋ ਸੈਲਫੀ ਵੈਲਿਊਡ ਕਰ ਸਕਦੇ ਹੋ ਨਾ ਕਿਸੇ ਟੀਚਰ ਤੋਂ ਵੀ ਕਰਾ ਸਕਦੇ ਹੋ ਤਾਂ ਟੈਸਟ ਸੀਰੀਜ਼ ਜਿਵੇਂ मेंस ਦੀ ਲੈ ਸਕਦਾ ਹੈ ਬੱਚਾ ਬਹੁਤ ਹੈਲਪਫੁਲ ਹੁੰਦੀ ਹੈ ਕੋਰਟਾ ਨੂੰ ਕੀ ਲੱਗਦਾ ਕਿ ਇਸ ਇਗਜ਼ਾਮ ਦੇ ਵਿੱਚ ਕਿਹੜੀ ਚੀਜ਼ ਬਹੁਤ ਮਦਦਗਾਰ ਹੈ ਜਿਹੜੀ ਹਰ ਹਰ ਬੰਦੇ ਦਾ ਇੱਕ ਵੱਖਰਾ ਐਂਗਲ ਹੈ ਹਰ ਬੰਦੇ ਦਾ ਇੱਕ ਵੱਖਰਾ ਐਕਸਪੀਰੀਅੰਸ ਹੈ ਜੀ ਬਸ ਇਹੀ ਕਹਿਣਾ ਚਾਹਾਂਗੀ ਵੀ ਮਦਦਗਾਰ ਤਾਂ ਬਸ ਕੰਸਿਸਟੈਂਸੀ ਹਾਰਡ ਵਰਕ ਹੀ ਹੈ ਤੁਹਾਡਾ ਬਸ ਉਹੀ ਕਰਦੇ ਰਹੋ ਦਿਨ ਰਾਤ ਆਪਣੀ ਮਿਹਨਤ ਕਰੋ ਐਦਾਂ ਵੀ ਵੀ ਬੁੱਕਸ ਦੇ ਪਿੱਛੇ ਨਾ ਪਜੋ ਜਿਆਦਾ ਵੀ ਹਾਂ ਆ ਵੀ ਬੁੱਕ ਪੜਨਾ ਮੈਂ ਆ ਵੀ ਬੁੱਕ ਪੜਨਾ ਕਿਉਂਕਿ ਉਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਊਗਾ ਆਪਣਾ ਇੱਕ ਬੁੱਕ ਚੱਕੋ ਉਹ ਬੁੱਕ ਦੇ ਨੋਟਸ ਬਣਾਓ ਛੋਟੇ ਛੋਟੇ ਪੁਆਇੰਟਰ ਫਾਰਮ ਚ ਨੋਟਸ ਬਣਾਓ ਠੀਕ ਹੈ ਤੇ ਆਪਣੇ ਉਹਨੂੰ ਅਪਡੇਟ ਕਰਦੇ ਰਹੋ ਰੀਸੈਂਟ ਜੱਜਮੈਂਟਸ ਨਾਲ ਉਹਨੂੰ ਹੀ ਬਸ ਰਿਵਾਈਜ਼ ਕਰਦੇ ਰਹੋ ਇਦਾਂ ਨਹੀਂ ਵੀ ਇੱਕ ਬੁੱਕ ਪੜ੍ਹ ਲਈ ਦੂਜੀ ਵੀ ਪੜ੍ਹਨਾ ਉਹ ਨਹੀਂ ਕਿਉਂਕਿ ਸਾਰੀ ਬੁੱਕਾਂ ਸੇਮ ਹੀ ਲਿਖਿਆ ਹੋਣਾ ਤੇ ਤੁਸੀਂ ਬਸ ਇੱਕ ਬੁੱਕ ਚੱਕੋ ਉਹਨੂੰ ਹੀ ਰਿਵਾਈਜ਼ ਕਰਦੇ ਰਹੋ ਕਰੇ ਜ਼ਿੰਦਗੀ ਚ ਇਹ ਨਹੀਂ ਲੱਗਿਆ ਵੀ ਪਹਿਲਾਂ ਗ੍ਰੈਜੂਏਸ਼ਨ ਮੈਡੀਕਲ ਤੋਂ ਨਾਨ ਮੈਡੀਕਲ ਤੋਂ ਨਾਨ ਮੈਡੀਕਲ ਤੋਂ ਇੱਧਰ ਆਏ ਇੱਧਰ ਆ ਕੇ ਲੋਕ ਕੀਤਾ ਜਾਂ ਇਹ ਸਾਰੀਆਂ ਚੀਜ਼ਾਂ ਜਦੋਂ ਬੰਦਾ ਲੰਘਦਾ ਕਦੇ ਲੱਗਿਆ ਨਹੀਂ ਵੀ ਛੱਡੋ ਕਈ ਵਾਰੀ ਟਾਰਗੇਟ ਤੁਹਾਨੂੰ ਛੱਡਣ ਲਈ ਵੀ ਮਜਬੂਰ ਕਰ ਦਿੰਦਾ ਕਦੇ ਇਸ ਤਰ੍ਹਾਂ ਦੀ ਪੋਜੀਸ਼ਨ ਆਈ ਦੇਖੋ ਪੋਜੀਸ਼ਨ ਇਦਾਂ ਦੀ ਨਹੀਂ ਆਈ ਸੀ ਵੀ ਐ ਮੇਰਾ ਮਨ ਕਹਿੰਦੀ ਵੀ ਇਹਨੂੰ ਛੱਡ ਦੇ ਬਸ ਇਹ ਜ਼ਰੂਰ ਹੁੰਦਾ ਸੀ ਵੀ ਮੇਰਾ ਭਰਾ ਮੇਰੇ ਨਾਲ ਰਹਿੰਦਾ ਤਾਂ ਮੈਨੂੰ ਰੋਣਾ ਨਾ ਆਂਦਾ ਇਹ ਹਰ ਦਿਨ ਦੀ ਰਾਤ ਦੀ ਕਹਾਣੀ ਸੀਗੀ ਮੇਰੀ ਬਟ ਕਦੇ ਇਹ ਚੀਜ਼ ਨਹੀਂ ਆਈ ਮੇਰੇ ਤੇ ਵੀ ਨਹੀਂ ਨਹੀਂ ਮੈਂ ਆਪਣੀ ਲਾਈਨ ਸਿਫਟ ਕੀਤੀ ਐ ਵੀ ਮੈਂ ਛੱਡਦਾ ਵੇ ਕੁਝ ਹੋਰ ਕਰ ਲਾਂ ਨਾ ਬਸ ਉਹ ਮਨ ਚ ਠਾਨ ਲਿਆ ਸੀ ਤੇ ਬਸ ਉਹ ਪੂਰਾ ਕੀਤਾ ਦੇਖੋ ਇੱਕ ਜਦੋਂ ਦੁੱਖ ਬੰਦੇ ਨੂੰ ਹੁੰਦਾ ਚਾਹੇ ਕੋਈ ਸਟ्रेस ਹੈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਉਹਦੇ ਵਿੱਚੋਂ ਤੁਸੀਂ ਲੰਘ ਰਹੇ ਹੋ ਆਪ ਦੇ ਆਪ ਨੂੰ ਬਣਾ ਕੇ ਕਿਵੇਂ ਰੱਖਿਆ এডੂਕੇਸ਼ਨ ਦੇ ਨਾਲ ਕਿਉਂਕਿ ਇੱਕ ਜਦੋਂ ਜਿਹੜੀ ਇਹ ਸਮੱਸਿਆ ਹੈਗੀ ਹੈ ਇਹਦੇ ਇਹਦੇ ਬਰਾਬਰ ਚੱਲਦੇ ਆ ਆਪ ਦੇ ਆਪ ਨੂੰ ਬਣਾ ਕੇ ਰੱਖਣਾ ਇਹ ਵੀ ਇੱਕ ਛੋਟਾ ਨੋਤੀ ਇੱਕ ਚੈਲੰਜ ਹੈਗਾ ਇਹ ਸਟੇਜ ਕਿਵੇਂ ਰਹੀ ਵੀ ਇਹ ਇਹਨੂੰ ਪਾਰ ਵੀ ਕਰਦੇ ਰਹੇ ਨਾਲ ਵੀ ਰਿਹਾ ਜੀ ਆਬਿਆ ਮੇਰੀ ਬੱਚ ਮੈਂ ਬਣਾ ਕੇ ਰੱਖਿਆ ਆਪਣੇ ਪੇਰੈਂਟਸ ਕਰਕੇ ਜਿਵੇਂ ਮੈਂ ਘਰ ਤਿਆਰੀ ਸਟਾਰਟ ਕਰਤੀ ਸੀ ਮੈਂ ਕਿਤੇ ਐਕਚੁਅਲੀ ਬਾਹਰ ਨਹੀਂ ਗਈ ਸੀਗੀ ਪਰ ਪੜਦੀ ਸੀ ਮੈਂ ਬਟ ਮੈਂ ਮੈਨੂੰ ਐਸੀ ਵੀ ਮੈਂ ਘਰ ਰਹਿ ਕੇ ਹੀ ਪੜਾ ਤਾਂ ਮੇਰੇ ਪੇਰੈਂਟਸ ਸੀਗੇ ਜਿਨ੍ਹਾਂ ਨੇ ਬਸ ਜਿਵੇਂ ਰੋਜ਼ ਜਿਵੇਂ ਖਾਣਾ ਅਜਿੰਦਾ ਸੀਗਾ ਮੈਨੂੰ ਹਨਾ ਰੂਮ ਸੇ ਮम्मा ਦੇ ਜਾਂਦੇ ਸੀਗੇ ਇਹ ਵੀ ਮੈਨੂੰ ਐਕਸਟਰਾ ਮਿਹਨਤ ਨਹੀਂ ਕਰਨੀ ਪਈ ਉਹ ਜਿਹੜੀ ਐਕਸਟਰਾ ਮੈਨੇ ਉਹਨਾਂ ਨੂੰ ਕਰਨੀ ਪਈ ਨਾ ਉਹਨੇ ਉਹ ਚੀਜ਼ ਨੇ ਮੈਨੂੰ ਹਸ ਹੁਣ ਤੱਕ ਬਣਾ ਕੇ ਰੱਖਿਆ ਉਹ ਹੀ ਚੀਜ਼ ਹੈ ਜਿਹੜੀ ਉਹ ਮੈਨੂੰ ਤੱਕ ਬਣਾ ਕੇ ਰੱਖਿਆ ਅੱਜ ਤੋਂ ਰਿਜ਼ਲਟ ਆਇਆ ਤਾਂ ਕਿਥੇ ਸੀ ਤੁਸੀਂ ਜਦੋਂ ਰਿਜ਼ਲਟ ਦੇਖਣਾ ਹੁੰਦਾ ਮੈਂ ਘਰੀ ਸੀਗੀ ਹਾਂਜੀ ਮੈਂ ਘਰੀ ਸੀਗੀ ਮੇਰੇ ਮम्मा ਸੀਗੇ ਮੇਰੇ ਨਾਲ ਲਿਸਟ ਵੇਖੀ ਬਹੁਤ ਜ਼ਿਆਦਾ ਕੰਬਨੀ ਛਿੜ ਗਈ ਸੀ ਮੇਰੀ ਪੂਰੀ ਬਾਡੀ ਚ ਕਿ ਮਤਲਬ ਕੀ ਆਊਗਾ ਰਿਜ਼ਲਟ ਪਹਿਲਾਂ ਤਾਂ ਮੈਨੂੰ ਨਾਮ ਹੀ ਨਹੀਂ ਦਿਖਿਆ ਫਿਰ ਮੈਚ ਨਹੀਂ ਹੋਇਆ ਸਕੇ ਮੈਨੂੰ ਤਾਂ ਬਹੁਤ ਜਮੇ ਰੋਣਾ ਆ ਗਿਆ ਫਿਰ ਮम्मा ਕਹਿੰਦੇ ਧਿਆਨ ਨਾਲ ਦੇਖ ਫਿਰ ਮੈਂ ਧਿਆਨ ਨਾਲ ਦੇਖਿਆ ਫਿਰ ਹੈਗਾ ਸੀਗਾ ਬਸ ਫਿਰ ਉਹਦੋਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੀ ਖੁਸ਼ੀ ਹੁੰਦੀ ਹੈ ਕੀ ਬਾਤ ਹੈ ਅੱਜ ਉਸ ਭਰਾ ਨੂੰ ਉਸ ਦੀ ਆਤਮਾ ਨੂੰ ਇਹ ਖੁਸ਼ੀ ਦੇਣ 'ਚ ਕਾਮਯਾਬ ਹੋਏ ਹੋ ਤੁਸੀਂ ਇਹ ਸ਼ਰਧਾਂਜਲੀ ਸੀ ਜੀ ਮੇਰੀ ਉਹਨਾਂ ਨੂੰ ਬਸ ਅੱਜ ਨੌਜਵਾਨ ਪੀੜੀ ਲਈ ਹੁਣ ਤੁਸੀਂ ਅੱਗੇ ਵਧ ਰਹੇ ਹੋ ਅੱਜ ਜੋਸ਼ ਵੀ ਹੈ ਇੱਕ ਭਰਾ ਦਾ ਸੁਪਨਾ ਵੀ ਪੂਰਾ ਕੀਤਾ ਹੈ ਅੱਗੇ ਕੀ ਸੋਚਿਆ ਫਿਰ ਨੌਜਵਾਨ ਜਿਹੜਾ ਅਸੀਂ ਧੂਰੀ ਹੈ ਧੂਰੀ ਇੱਕ ਵੱਡਾ ਪਿੰਡ ਹੈ ਇਹਨੂੰ ਆਪਾਂ ਸ਼ਹਿਰ ਵੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਦੇ ਸ਼ਹਿਰਾਂ ਪਿੰਡਾਂ ਲਈ ਕੀ ਕਰਾਂਗੇ ਪਸੇਹੀ ਹੈ ਜੀ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਐਕਸਪੈਕਟੇਸ਼ਨ ਹੈ ਸਾਡੇ ਤੋਂ ਵੀ ਇਹ ਯੰਗ ਜਨਰੇਸ਼ਨ ਸਾਨੂੰ ਜਸਟਿਸ ਦਿਵਾਉਗੀ ਉਹਨਾਂ ਦਾ ਸੁਪਨਾ ਵੀ ਪੂਰਾ ਕਰਨਾ ਹੈ ਕਿਉਂਕਿ ਆਖਿਰਕਾਰ ਹੀ ਕਿ ਜੱਜ ਹੀ ਹੈ ਜਿਹੜਾ ਫੈਸਲਾ ਕਰੂਗਾ ਤੇ ਉਹ ਜਸਟਿਸ ਦੇ ਦਰਵਾਜ਼ੇ ਤੇ ਨੌਕ ਖਟਖਟਾਣ ਦੀ ਵੀ ਹਾਂਜੀ ਸਾਨੂੰ ਜਸਟਿਸ ਦੋ ਤੇ ਬਸ ਉਹੀ ਇਹ ਵੀ ਉਹਨਾਂ ਨੂੰ ਜਸਟਿਸ ਦਿਵਾਣਾ ਹੈ ਜਿਨ੍ਹਾਂ ਨੂੰ ਆਪਣੇ ਰਾਈਟਸ ਬਾਰੇ ਅਵੇਅਰਨੈਸ ਨਹੀਂ ਹੈਗੀ ਜਿਨ੍ਹਾਂ ਨੂੰ ਆਪਣੇ ਫੰਡਮੈਂਟਲ ਰਾਈਟਸ ਬਾਰੇ ਨਹੀਂ ਅਵੇਅਰਨੈਸ ਹੈਗੀ ਉਹਨਾਂ ਨੂੰ ਵੀ ਅਵੇਅਰ ਕਰਵਾਈਏ ਵੀ ਹਾਂ ਵੀ ਤੁਹਾਡੇ ਰਾਈਟਸ ਹੈਗੇ ਆ ਜਿਹੜੇ ਸਹਿੰਦੇ ਰਹਿੰਦੇ ਆ ਲੋਕ ਆਪਰੈਸ ਹੁੰਦੇ ਰਹਿੰਦੇ ਆ ਉਹਨਾਂ ਨੂੰ ਵੀ ਇਹ ਅਵੇਅਰ ਕਰਾਈਏ ਵੀ ਤੁਹਾਡੇ ਤੁਹਾਡੇ ਵੀ ਰਾਈਟਸ ਹੈ ਤੁਸੀਂ ਵੀ ਹਿਊਮਨ ਡਿਗਨਿਟੀ ਹਿਊਮਨ ਰਾਈਟਸ ਨੇ ਤੁਹਾਡੇ ਤੇ بس ਇਹੀ ਹੈ ਜੀ ਉਹਨਾਂ ਦੇ ਸੁਪਨੇ ਪੂਰੇ ਕਰਨੇ ਜਿੰਦਗੀ 'ਚ ਇੱਕ ਵੱਖਰਾ ਜਿਹਾ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਅਟਰੈਕਟ ਕਰਦਾ ਬੰਦਾ ਇਹ ਜਿਹੇ ਚੀਜ਼ਾਂ ਅਟਰੈਕਸ਼ਨ ਅਟਰੈਕਟ ਕਰਦਾ ਜਦੋਂ ਇਹ ਇਹ ਵੀ ਇੱਕ ਗੱਲ ਹੁੰਦੀ ਹੈ ਨਾ ਕਿ ਕੁਝ ਚੀਜ਼ਾਂ ਤੁਸੀਂ ਅਟਰੈਕਟ ਕਰਦੇ ਹੋ ਆਪਦੇ ਵੱਲ ਤੁਸੀਂ ਇਹ ਚੀਜ਼ ਨੂੰ ਅਟਰੈਕਟ ਮੰਨਦੇ ਹੋ ਤੁਸੀਂ ਅਟਰੈਕਟ ਕਰਦੇ ਰਹੇ ਵੀ ਤੁਹਾਡੀ ਖਿੱਚ ਹੋਵੇ ਰਹੀ ਲਗਨ ਰਹੀ ਲਗਨ ਕਹਿ ਸਕਦੇ ਆਪੇ ਨੂੰ ਹਾਂਜੀ ਨਹੀਂ ਨਹੀਂ ਉਹ ਰਹੀ ਸੀ ਉਹ ਪਹਿਲੇ ਦਿਨ ਤੋਂ ਹੀ ਸੀ ਮੇਰੀ ਲਗਨ ਉਹ ਪਹਿਲੇ ਦਿਨ ਤੁਸੀਂ ਵੀ ਨਹੀਂ ਉਹ ਜੱਜ ਬੰਨਣਾ ਹੀ ਬੰਨਣਾ ਹੈ ਤੇ ਬਸ ਉਹ ਸੁਪਨਾ ਪੂਰਾ ਕਰਨਾ ਹੀ ਕਰਨਾ ਹੈ ਚਾਹੇ ਜਿਵੇਂ ਮਰਜ਼ੀ ਜਿੰਨੀਆਂ ਮਰਜ਼ੀ ਔਕੜਾਂ ਆਉਣ ਮਤਲਬ ਮੈਂ ਉਹਦੇ ਬਾਰੇ ਧਿਆਨ ਹੀ ਨਹੀਂ ਦੇਣਾ ਔਕੜਾਂ ਕਿਸ ਤਰ੍ਹਾਂ ਦੀ ਆਈਆਂ ਆ ਔਕੜਾਂ ਵੀ ਗੱਲ ਕਰ ਲਈ ਔਕੜਾਂ ਕਿਸ ਤਰ੍ਹਾਂ ਦੀਆਂ ਰਹੀਆਂ ਔਕੜਾਂ ਬਸ ਇਹ इमोਸ਼ਨਲੀ 멘ਟਲੀ ਜਿਹੜਾ ਹੁੰਦਾ ਸੀ ਵੀ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਜਿਵੇਂ ਮੇਰੇ ਭਰਾ ਹੁੰਦੇ ਮੈਨੂੰ ਗਾਈਡ ਕਰਦੇ ਹਰ ਸਟੈਪ 'ਤੇ ਮੈਨੂੰ ਗਾਈਡ ਕਰਦੇ ਪਰ ਉਦੋਂ ਇਦਾਂ ਲੱਗਦਾ ਸੀ ਵੀ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਮੇਰਾ ਆਪਣਾ ਨਹੀਂ ਕੋਈ ਗਾਈਡ ਕਰਨ ਵਾਲਾ ਬਟ ਉਹ ਜਿਵੇਂ ਤਿਵੇਂ ਦੇਖੋ ਗਾਈਡ ਕਰਦੇ ਰਹੇ ਚਾਹੇ ਉਹ ਪੇਰੈਂਟਸ ਦੇ ਰੂਪ ਚ ਹੋਗੇ ਚਾਹੇ ਉਹ ਟੀਚਰਸ ਦੇ ਰੂਪ ਚ ਹੋਗੇ ਹੈਨਾ ਚਾਹੇ ਕੋਈ ਸੋਸਾਇਟੀ ਦੇ ਹੋਰ ਜਿੰਨੇ ਵੀ ਬੱਡੇ ਡਿਗਨਿਟੀ ਦੀਸ ਹੁੰਦੇ ਉਹਨਾਂ ਦੇ ਰੂਪ ਚ ਹੋਗੇ ਤਾਂ ਉਹ ਕਿਸੇ ਨਾ ਕਿਸੇ ਵੀ ਥਰੂ ਨਾ ਆਪਣਾ ਸਪੋਰਟ ਦਿੰਦੇ ਰਹੇ ਮੈਨੂੰ ਬਟ ਇਹ ਔਕਣਾ ਜਿਹੜੀਆਂ ਸੀਗੀਆਂ ਵੀ ਬਸ ਮੈਂਟਲੀ ਜਦੋਂ ਬੰਦਾ ਹੁੰਦਾ ਹੈ ਨਾ ਪ੍ਰੈਸ਼ਰ ਹੁੰਦਾ ਬੰਦੇ 'ਚ ਤਾਂ ਉਹ ਮਨ ਕੀ ਕਰਦੇ ਵੀ ਪੜਨ ਦਾ ਜੀ ਨਹੀਂ ਕਰ ਰਿਹਾ ਤਾਂ ਮੈਂ ਇਹੀ ਬੱਚਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਵੀ ਉਸ ਦਿਨ ਨਾ ਛੱਡ ਦਿਆ ਕਰੋ ਜਦੋਂ ਜੀ ਕਰਦਾ ਬੱਚੇ ਦਾ ਵੀ ਪੜਨਾ ਨਹੀਂ ਬ੍ਰੇਕ ਲੈ ਲਓ ਇਹ ਸਭ ਤੋਂ ਵਧੀਆ ਕਮਬੈਕ ਹੁੰਦਾ ਥੋੜਾ ਕਿ ਤੁਸੀਂ ਇੱਕ ਦਿਨ ਦਾ ਬ੍ਰੇਕ ਲੈ ਲਿਆ ਅਗਲੇ ਦਿਨ ਤੁਸੀਂ ਦੂਜੀ ਸਪੀਡ ਨਾਲ ਦੁੱਗਣੀ ਸਪੀਡ ਨਾਲ ਤੁਸੀਂ ਉਹ ਸਟੱਡੀ ਕਰੋਗੇ ਆ ਤਾਂ ਲਿਖਣਾ ਬਹੁਤ ਬੰਦਾ ਲਿਖਣ ਦੀ ਪ੍ਰੈਕਟਿਸ ਲਈ ਕੀ ਕਹੋ ਹਾਂਜੀ ਹਾਂਜੀ ਲਿਖਣਾ ਬਹੁਤ ਬੰਦਾ ਮੈਂ ਐਕਚੁਅਲੀ ਜਦੋਂ ਸਟਾਰਟ ਕੀਤਾ ਸੀਗਾ ਅਨਸਰ ਰਾਈਟਿੰਗ ਮੈਂ ਜਿਵੇਂ ਟਾਈਮਰ ਸੈੱਟ ਕਰ ਲੈਂਦੀ ਹੁੰਦੀ ਸੀ ਵੀ ਜਿਵੇਂ ਮੈਂ 7 ਮਿੰਟ ਚ ਇੱਕ ਅਨਸਰ ਲਿਖਣਾ ਹੀ ਲਿਖਣਾ ਜੀ ਇੰਨਾ ਘੱਟ ਟਾਈਮ ਹੁੰਦਾ 3 ਘੰਟੇ ਹੁੰਦੇ 3 ਘੰਟੇ ਤੁਹਾਨੂੰ 20 ਸਵਾਲ ਕਰਨੇ ਹੁੰਦੇ ਆ ਕਈ ਵਾਰ ਤੁਹਾਨੂੰ 25 ਸਵਾਲ ਕਰਨੇ ਆਂਸਰ ਹੁੰਦੇ ਆ ਉਹਨਾਂ ਦੇ ਕਰਨੇ ਹੁੰਦੇ ਆ ਤਾਂ ਤੁਸੀਂ ਟਾਈਮ ਬੰਨ੍ਹ ਲਓ ਵੀ ਇੱਕ ਕੁਐਸਚਨ ਨੂੰ ਮੈਂ ਘੱਟੋ ਘੱਟ 7 ਮਿੰਟ ਇਸ ਤੋਂ ਬਾਅਦ ਨਹੀਂ ਲਾਣੇ ਨਹੀਂ ਤਾਂ ਥੋੜਾ ਪੇਪਰ ਨਹੀਂ ਕੰਪਲੀਟ ਹੁੰਦਾ ਤੇ ਰੈਂਕ ਵੀ ਚਲੋ ਇੱਕ ਵਧੀਆ ਲਾ ਹਾਂਜੀ ਹਾਂਜੀ ਪੇਪਰ ਕੰਪਲੀਟ ਕਰਨਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿਉਂਕਿ ਜੇ ਤੁਹਾਡਾ ਕੁਐਸਚਨ ਰਹਿ ਜਾਉ ਤਾਂ ਤੁਹਾਡੇ ਜ਼ੀਰੋ ਮਾਰਕਸ ਹੈ ਜੇ ਤੁਸੀਂ ਅੱਧਾ ਕੁਐਸਚਨ ਵੀ ਲਿਖਿਆ ਐਟਲੀਸਟ ਤੁਹਾਨੂੰ 2-3 ਤਾਂ ਮਿਲ ਜਾਣਗੇ ਉਹੀ 2-3 ਨੰਬਰਾਂ ਨਾਲ ਤੁਸੀਂ ਦੇਖੋ ਫਰਕ ਪੈ ਜਾਂਦਾ ਬਸ ਰੈਂਕ ਦੋ ਤਾਂ ਮੈਂ ਟਾਈਮਰ ਸੈੱਟ ਕਰਦੀ ਸੀ ਵੀ ਆਨਸਰ ਇੰਨੇ ਟਾਈਮ 'ਚ ਲਿਖਣਾ ਹੈ ਤੇ ਬਸ ਉਹ ਪ੍ਰੈਕਟਿਸ ਕਰਦੀ ਰਹਿੰਦੀ ਸੀ ਹੋਰ ਕਿਹੜਾ ਕੋਈ ਨੁਕਤਾ ਜਾਂ ਕਹਿੰਦੇ ਨੇ ਟਿਪਸ ਕਹਿ ਦਿੰਨੇ ਆਪਾਂ ਕੋਈ ਦੱਸਣਾ ਚਾਹਉ ਬੱਚਿਆਂ ਨੂੰ ਪੈਸੇ ਇਹੀ ਹੈ ਬੱਚਿਆਂ ਨੂੰ ਵੀ ਆਪਣੀ ਰਿਵੀਜ਼ਨ ਕਰਦੇ ਰਹੋ ਚੀਜ਼ ਨੂੰ ਭੁੱਲੋ ਨਾ ਵੀ ਐ ਨਹੀਂ ਵੀ ਮੈਨੂੰ ਤਾਂ ਆਂਦਾ ਕੋਈ ਨਾ ਯਾਦ ਆ ਜਾਊਗਾ ਇਦਾਂ ਨਹੀਂ ਉਹ ਭੁੱਲਦੇ ਕਿਉਂਕਿ ਹਿਊਮਨ ਬ੍ਰੇਨ ਹੈ ਭੁੱਲਦਾ ਹੀ ਹੈ ਹਿਊਮਨ ਬ੍ਰੇਨ ਪਰ ਰਿਵੀਜ਼ਨ ਜ਼ਿਆਦਾ ਸਭ ਤੋਂ ਮੋਸਟ ਇੰਪੋਰਟੈਂਟ ਇਨਗਰੀਡੀਐਂਟ ਹੈ ਤੇ ਆਪਣਾ ਕੰਸਿਸਟੈਂਸੀ ਬਸ ਆਪਣੇ ਦਿਨ ਰਾਤ ਜੁਟ ਜਾਓ ਵੀ ਮੈਂ ਆਪਣੇ ਮਾਪਿਓ ਨੂੰ ਯਾਦ ਰੱਖੂ ਉਹਨਾਂ ਦਾ ਅੱਖਾਂ ਮੂਰੇ ਆਪਣਾ ਚਿਹਰਾ ਰੱਖੋ ਵੀ ਹਾਂ ਇਹਨਾਂ ਨੂੰ ਖੁਸ਼ੀ ਦੇਣੀ ਹੈ ਤੇ ਪਤਾ ਕੀ ਹੁੰਦਾ ਜਦੋਂ ਬੰਦਾ ਬਣਦਾ ਹੈ ਨਾ ਜਿਵੇਂ ਜਦੋਂ ਮੈਂ ਬਣੀ ਜਿਹੜਾ ਤੁਸੀਂ ਆਪਣੇ ਮਾਪਿਓ ਨੂੰ ਜੱਫੀ ਪਾਣਨੇ ਹੋ ਉਹ ਇੱਕ ਸਰਕਟ ਕੰਪਲੀਟ ਹੋ ਜਾਂਦਾ ਹੈ ਉਹ ਜਦੋਂ ਤੁਸੀਂ ਸਰਕਟ ਕੰਪਲੀਟ ਉਹ ਦਿਲ ਤੋਂ ਦਿਲ ਤੇ ਜਿਹੜੀ એનર્ਜੀ ਐਕਸਚੇਂਜ ਹੁੰਦੀ ਹੈ ਨਾ ਉਹ ਸਭ ਤੋਂ ਬੈਸਟ ਉਹ ਮਤਲਬ ਬਸ ਦੁਨੀਆ ਜਹਾਂ ਤੋਂ ਉੱਤੇ ਹੈ ਉਹ ਚੀਜ਼ ਉਹ ਤੁਸੀਂ ਉਹ ਐਕਸਪੀਰੀਅੰਸ ਲੈ ਬਣੀ ਤੋਂ ਵੀ ਗਾਹੜੀ ਗੱਲ ਆ ਉਹ ਹਾਂਜੀ ਹਾਂਜੀ ਉਹ ਬਣੀ ਤੋਂ ਵੀ ਗਾਹੜੀ ਗੱਲ ਸਹੀ ਕਹ ਜੀ ਤੁਸੀਂ ਉਹ ਜੇ ਐਕਸਪੀਰੀਅੰਸ ਕਰਨਾ ਹੈ ਨਾ ਬੱਚੇ ਨੇ ਬਸ ਫੇਰ ਤਾਂ ਦਿਨ ਰਾਤ ਜੁੱਟ ਜੇ ਬੱਚਾ ਜਣੀ ਮਾਪਿਆਂ ਦਾ ਘਰਦਿਆਂ ਦਾ ਜਿਹੜਾ ਸੁਪਨਾ ਹੈ ਉਹ ਤੁਹਾਡਾ ਤੁਹਾਡੀਆਂ ਅੱਖਾਂ ਵਿੱਚ ਦੀ ਤੁਹਾਡੇ ਤੁਹਾਡੇ ਪ੍ਰੈਕਟੀਕਲ ਹੈਂਡਸ ਦੇ ਵਿੱਚ ਦੀ ਹੋ ਕੇ ਲੰਘਣਾ ਚਾਹੀਦਾ ਹੈ ਫੇਰ ਉਹਦਾ ਜਿਹੜਾ ਸਵਾਦ ਹੈ ਉਹ ਬਣੇ ਨਾਲੋਂ ਵੀ ਵੱਡਾ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਇਕ عمر ਦਾ ਹੁੰਦਾ ਵੀ ਇਸ ਉਮਰ ਚ ਭਜਨ ਅਠ ਦਿਮਾਗ ਚ ਵੀ ਬਹੁਤ ਹੁੰਦੀ ਹੈ ਫਰੈਂਡ ਸਰਕਲ ਹੁੰਦਾ ਹੈ ਸੋਸ਼ਲ ਮੀਡੀਆ ਹੈਗਾ ਇਹ ਤੁਹਾਨੂੰ ਭਜਾਉਂਦਾ ਵੀ ਆ ਜਾ ਬਾਹਰ ਕੋਈ ਇਧਰ ਚਲੀਏ ਉਧਰ ਚਲੀਏ ਗੋਲ ਤੇ ਕਮਬੈਕ ਕਰਨ ਲਈ ਕੀ ਕਰਦੇ ਸੀ ਜਦੋਂ ਇਸ ਤਰ੍ਹਾਂ ਦੀ ਪੋਜੀਸ਼ਨ ਆਉਂਦੀ ਸੀ ਮੈਂ ਮੈਂ ਐਕਚੁਅਲੀ ਆਪਣਾ ਫਰੈਂਡ ਸਰਕਲ ਨਾ ਜਿਵੇਂ ਮੇਰਾ ਐਕਚੁਅਲੀ ਸ਼ੁਰੂ ਤੋਂ ਹੀ ਥੋੜਾ ਰੈਸਟ੍ਰਿਕਟਿਡ ਰਿਹਾ ਸੀਗਾ ਤੇ ਲੋਚ ਆ ਕੇ ਮੈਂ ਥੋੜੇ ਹੋਰ ਵੀ ਰੈਸਟ੍ਰਿਕਟ ਕਰਤਾ ਸੀਗਾ ਜਿਵੇਂ ਐਕਚੁਅਲੀ ਪਤਾ ਕੀ ਹੁੰਦਾ ਜਿਹੜੇ ਤੁਹਾਡੇ ਚੰਗੇ ਫਰੈਂਡਸ ਹੁੰਦੇ ਆ ਦਿਲੋਂ ਫਰੈਂਡਸ ਹੁੰਦੇ ਆ ਜੇ ਤੁਸੀਂ ਉਹਨਾਂ ਨਾਲ ਗੱਲ ਵੀ ਨਾ ਕਰੋ ਨਾ ਉਹ ਸਮਝ ਜਾਣਗੇ ਵੀ ਇਹ ਬੱਚੇ ਨੇ ਪੜ੍ਹਨਾ ਹੈ ਇਹ ਮੇਰਾ ਦੋਸਤ ਹੈ ਤੇ ਮੈਨੂੰ ਡਿਸਟਰਬ ਨਾ ਕਰਾ ਜਿਹੜੇ ਤੁਹਾਨੂੰ ਕਹਿਣਗੇ ਨਾ ਵੀ ਨਹੀਂ ਤੂੰ ਆਇਆ ਨਹੀਂ ਮੈਂ ਤੇਨਾ ਗੁੱਸੇ ਹੋ ਗਿਆ ਤੂੰ ਉੱਥੇ ਨਹੀਂ ਆਇਆ ਤੂੰ ਮੇਰੀ ਪਾਰਟੀ ਤੇ ਨਹੀਂ ਆ ਉਹਨਾਂ ਨੂੰ ਛੱਡ ਦਿਓ ਮੈਂ ਸਿੱਧਾ ਹੀ ਬੱਚੇ ਨੂੰ ਇਹੀ ਕਹੂੰਗੀ ਵੀ ਉਹਨਾਂ ਨੂੰ ਛੱਡ ਦਿ ਕਿਉਂਕਿ ਉਹ ਸਮਝ ਨਹੀਂ ਰਹੇ ਤੁਹਾਡੀ ਕੀ ਤੁਹਾਡਾ ਕੀ ਡ੍ਰੀਮ ਹੈ ਪਰ ਮੇਰੇ ਮਤਲਬ ਰੱਬ ਦੀ ਕਿਰਪਾ ਨਾਲ ਮੇਰੇ ਇਹੋ ਜਿਹੇ ਦੋਸ ਸੀਗੇ ਜਿਨ੍ਹਾਂ ਨੇ ਮੈਨੂੰ ਸਮਝਿਆ ਹਰ ਮੌਕੇ ਤੇ ਸਮਝਿਆ ਜੇ ਮੈਂ ਉਹਨਾਂ ਨਾਲ ਗੱਲ ਵੀ ਨਾ ਕਰਾਂ ਫੇਰ ਵੀ ਉਹਨਾਂ ਨੇ ਮੈਨੂੰ ਸਮਝਿਆ ਵੀ ਨਹੀਂ ਜਾਨੀ ਜਿੱਥੋਂ ਗੱਲ ਬੰਦ ਕਰਦੇ ਸੀ ਉੱਥੋਂ ਦੁਬਾਰਾ ਸ਼ੁਰੂਆਤ ਹੋ ਜਾਂਦੀ ਸੀ ਚਾਹੇ ਉਹ ਦੋ ਮਹੀਨੇ ਆ ਚਾਹੇ 6 ਮਹੀਨੇ ਆ ਇਹ 3 ਮਹੀਨੇ ਹਾਂ ਜੀ ਹਾਂ ਬਹੁਤ ਬਹੁਤ ਟਾਈਮ ਦੇ ਅੱਪ ਵੀ ਹੋ ਜਾਂਦਾ ਸੀ ਜੇ ਗੱਲ ਕਰਦੇ ਹੋਏ ਪਰ ਉਹ ਉਮੀ ਵਾਪਸ ਸਮਝਦੇ ਸੀਗੇ ਮੈਂ ਮਤਲਬ ਜੀ ਜੀ ਪਾਰਟੀ ਬੁੰਡਿਸਟ ਦਾ ਜਿਵੇਂ ਆਪਾਂ ਜਾਂਦੀ ਨਹੀਂ ਬੰਦੀ ਕਰਤਾ ਸੀਗਾ ਜਾਨਾ ਜਾਂ ਕਿਸੇ ਨਾਲ ਇੰਟਰੈਕਸ਼ਨ ਕਰਨੀ ਬੰਦ ਕਰਤੀ ਸੀ ਇਹਨਾਂ ਮੈਂ ਜਾਂਦੀ ਨਹੀਂ ਸੀ ਪਰ ਹਾਂ ਇੱਕ ਬੱਚੇ ਨੂੰ ਮੈਂ ਇਹ ਵੀ ਕਹੂੰਗੀ ਵੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਮਤਲਬ ਉਹ ਫੀਲ ਕਰੋ ਹਨਾ ਵੀ ਮੈਂ ਜਾ ਨਹੀਂ ਪਾਰੇ ਉਹ ਨਾਲ ਦੇ ਜਾ ਰਹੇ ਨੇ ਉਹ ਸੋਸ਼ਲ ਮੀਡੀਆ ਥੋੜਾ ਫੀਲ ਕਰਾਂਦਾ ਜਦੋਂ ਲੋਕ ਪਾਉਂਦੇ ਹਨਾ ਕਿ ਮੈਂ ਇੱਥੇ ਚੱਲਿਆ ਇੱਥੇ ਚੱਲਿਆ ਤਾਂ ਮੈਂ ਇਹ ਹੀ ਸੁਣਾ ਦੇਣਾ ਚਾਹੂੰਗੀ ਵੀ ਉਹ ਫੀਲ ਨਾ ਕਰੋ ਕੋਈ ਨਾ ਥੋੜਾ ਵੀ ਟਾਈਮ ਆ ਹੁਣ ਅੱਜ ਮੇਰਾ ਟਾਈਮ ਆ ਗਿਆ ਹੁਣ ਅਜ ਦੇਖੋ ਸਾਰੇ ਉਹੀ ਵਾਪਸ ਆ ਗਏ ਜੀ ਹੈਨਾ ਤਾਂ ਟਾਈਮ ਤਾਂ ਆਂਦੇ ਹੀ ਹੈ ਤਾਂ ਇਹ ਸੋਚ ਕੇ ਇਹ ਨਾ ਅਲੋਨ ਫੀਲ ਕਰੋ ਵੀ ਹਾਂ ਉਹ ਬੱਚਾ ਇੰਜੋਏ ਕਰੇ ਕੋਈ ਇਹ ਤੁਹਾਡੀ ਜਰਨੀ ਦਾ ਟਾਈਮ ਹੈ ਇਹ ਜਰਨੀ ਜਿਵੇਂ ਤੁਸੀਂ ਇਹਨੂੰ ਕਹਿ ਤਾਂ ਰਹੇ ਹੋ ਇਹ ਸ਼ਬਦ ਨੂੰ ਇਹ ਇਸ ਗੱਲ ਨੂੰ ਸੰਭਾਲਣਾ ਔਖਾ ਹੁੰਦਾ ਸੰਭਾਲਣ ਦੀ ਕੀ ਕੀਤਾ ਮੈਂ ਨਹੀਂ ਨਹੀਂ ਬਹੁਤ ਔਖਾ ਹੁੰਦੇ ਉਹ ਤਾਂ ਤੁਸੀਂ ਸਹੀ ਗੱਲ ਕਹਿ ਰਹੇ ਹੋ ਵੀ ਇਹੀ ਇਹ ਵੀ ਤੁਹਾਡੀ ਸਕਸੈਸ ਨਾ ਸਾਇਲੈਂਸ ਹੋਣੀ ਚਾਹੀਦੀ ਹੈ ਬਥੋੜਾ ਹਾਰਡਵਰਕ ਸਾਇਲੈਂਸ ਹੋਣਾ ਚਾਹੀਦਾ ਕਿਉਂਕਿ ਲੈਟ ਯਰ ਸਕਸੈਸ ਮੇਕ ધ ਨੋਇਸ ਆਫਟਰ 댓 ਕੀ ਬਾਤ ਹੈ ਇਹ ਚੀਜ਼ ਹੋਣੀ ਚਾਹੀਦੀ ਹੈ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੀ ਛੋਟੀ ਉਮਰ ਚ ਸਦਮਾ ਵੀ ਹੈ ਸਦਮੇ ਨੇ ਤੁਸੀਂ ਗੋਲ ਚ ਬਦਲਿਆ ਮੈਨੂੰ ਬਹੁਤ ਚੰਗਾ ਲੱਗਿਆ ਇਸ ਗੱਲ ਨੂੰ ਦਰਸ਼ਕ ਵੀ ਇਸ ਗੱਲ ਨੂੰ ਸੁਣ ਕੇ ਕਿ ਮਾਪਿਆਂ ਦਾ ਭਰਾਵਾਂ ਦਾ ਭੈਣਾਂ ਨੇ ਜਿਹੜਾ ਤੁਹਾਨੂੰ ਇੱਕ ਗੋਲ ਦਿੱਤਾ ਮਕਸਦ ਦਿੱਤਾ ਨੂੰ ਅਚੀਵ ਵੀ ਕੀਤਾ ਇੱਕ ਤੁਸੀਂ ਦਰਦ ਨੂੰ ਵੀ ਆਪਦੀ એનર્ਜੀ ਬਣਾਇਆ ਇਹ ਮੈਨੂੰ ਤੁਹਾਡੇ ਚੋਂ ਬਹੁਤ ਚੰਗੀ ਗੱਲ ਲੱਗੀ ਹੈ ਤੇ ਬੱਚਿਆਂ ਨੂੰ ਵੀ ਕੋਈ ਕਈ ਵਾਰ ਸਾਨੂੰ ਚੁਣੌਤੀਆਂ ਆਉਂਦੀਆਂ ਕੁਦਰਤ ਦੇ ਕੁਝ ਟੱਕੇ ਵੀ ਸਹਿਣੇ ਪੈਂਦੇ ਆ ਕੁਝ ਜ਼ਿੰਦਗੀ ਦੇ ਟੱਕੇ ਹੁੰਦੇ ਆ ਜਿਹੜੇ ਸਹਿਣੇ ਪੈਂਦੇ ਆ ਪਰ ਤੁਸੀਂ ਉਹਨੂੰ ਦੇਖੋ ਉਹੀ ਪ੍ਰਮਾਣੂ ਵਾਲੀ ਗੱਲ ਆ ਵੀ ਤੁਸੀਂ ਉਹਦੇ ਤੋਂ ਬਿਜਲੀ ਵੀ ਬਣਾ ਸਕਦੇ ਹੋ ਬੰਬ ਵੀ ਬਣਾ ਸਕਦੇ ਹੋ ਤਾਂ ਤੁਹਾਨੂੰ ਕਿਹੜੀ ਚੀਜ਼ ਬਣਾਉਣੀ ਹੈ ਤੁਸੀਂ ਸੋਚਣਾ ਤੁਸੀਂ ਬਹੁਤ ਸਾਰਾ ਜਿਹੜਾ ਮਸਲਾ ਉਹ ਸ਼ੇਅਰ ਕੀਤਾ ਆਪਾਂ ਬਹੁਤ ਮੈਨੂੰ ਲੱਗਦਾ ਹੈ ਕਿ ਅੱਛੀ ਗੱਲਬਾਤ ਇੱਕ ਵੱਖਰੇ ਤਰੀਕੇ ਨਾਲ ਤੁਸੀਂ ਕੀਤੀ ਹੈ ਮੈਨੂੰ ਬਹੁਤ ਚੰਗਾ ਲੱਗਾ ਆਖਰਚਕੀ ਮੈਸੇਜ ਦੇਣਾ ਚਾਹਾਂ ਆਖਰਚਕ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਵੀ ਬਸ ਡਰੋ ਨਾ ਆਪਣਾ ਕੌਨਫੀਡੈਂਸ ਰੱਖੋ ਕੌਨਫੀਡੈਂਸ ਦੇ ਅੱਗੇ ਕੋਈ ਚੀਜ਼ ਨਹੀਂ ਹੈਗੀ ਕੌਨਫੀਡੈਂਸ ਨਾਲ ਤੁਸੀਂ ਹਰ ਔਕਣਾ ਪਾਰ ਕਰ ਜਾਓਗੇ ਮੈਂ ਹਰ ਦਿਨ ਰਾਤ ਨੂੰ ਰੋਂਦੀ ਹੁੰਦੀ ਸੀ ਮੈਨੂੰ ਹਜੇ ਵੀ ਯਾਦ ਹੈ ਤੇ ਪਰ ਮੈਂ ਆਪਣੇ ਮਾਪਿਓ ਦੇ ਸਾਹਮਣੇ ਨਹੀਂ ਰੋਈ ਕਦੇ ਕਿ ਤਾਂ ਕਿ ਉਹਨਾਂ ਦੀ ਅੱਖਾਂ 'ਚ ਨਾ ਹੰਝੂ ਆਉਣ ਤਾਂ ਬਸ ਆਪਣੇ ਅੰਦਰ ਰੱਖੋ ਆਪਣੀ ਉਹ ਚੀਜ਼ ਨੂੰ ਚੈਨਲਾਈਜ਼ ਕਰਕੇ ਅੱਗੇ ਆਪਣੀ ਸਕਸੈਸ ਬਣਾ ਦਿਓ ਜਿਵੇਂ ਤੁਸੀਂ ਕਿਹਾ ਵੀ ਬਿਜਲੀ ਬਣਾਓਏ ਬੰਬ ਬਣਾਓ ਹਨਾ ਤੁਹਾਡੇ ਉੱਤੇ ਹੈ ਉਹ ਚੀਜ਼ ਬਸ ਉਹਨੂੰ ਰਾਈਟ ਚੈਨਲਾਈਜ਼ ਕਰਨਾ ਹੈ ਉਹ ਆਪਣੀ ਜਿਹੜੀ એનર્ਜੀ ਹੈ ਚਾਹੇ ਉਹ ਦੁੱਖ ਹੈ ਚਾਹੇ ਉਹ ਸੁੱਖ ਹੈ ਉਹਨੂੰ ਰਾਈਟਲੀ ਚੈਨਲਾਈਜ਼ ਕਰੋ ਬਸ ਬਹੁਤ ਚੰਗਾ ਲੱਗਿਆ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਤੇ ਅਸੀਂ ਤੁਹਾਡੇ ਭਵਿੱਖ ਦੀਆਂ ਜਿਹੜੀ ਵੇਖ ਲਈ ਸ਼ੋਭਿਸ਼ਾਵਾਂ ਸ਼ੁਭਦੁਆਮਾ ਕਰਦੇ ਹਾਂ ਤੇ ਤੁਹਾਡੇ ਵਰਗੇ ਯੰਗ ਬੱਚੇ ਆ ਜਿਹੜੇ ਸਾਡੇ ਸਮਾਜ ਦਾ ਸਾਡੇ ਆਲੇ ਦੁਆਲੇ ਦਾ ਜਿਹੜਾ ਹੌਸਲਾ ਨਹੀਂ ਤੇ ਤੁਹਾਨੂੰ ਵੇਖ ਕੇ ਬਹੁਤ ਸਾਰੇ ਬੱਚੇ ਜਿਹੜੇ ਟਰੈਕ ਤੇ ਰਹਿਣਗੇ ਆਉਣਗੇ ਟਾਈਮ ਦਿੱਤਾ ਬਹੁਤ शुक्रिया ਬਹੁਤ ਧੰਨਵਾਦ ਮਿਹਾਲਕਾ ਸਿੰਘ ਸਿੰਗਲਾ ਜੀ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਦੇਖੋ ਬੱਚਿਆਂ ਦਾ ਆਪੋ ਆਪਣਾ ਗੋਲ ਕਿਵੇਂ ਬਣਾਉਂਦਾ ਕੋਈ ਬੰਦਾ ਦਰਦ ਨੂੰ ਵੀ ਦਵਾਈ ਬਣਾ ਲਿਆ ਨਾ ਸੋ ਇਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹ ਸਾਰੇ ਅਸੀਂ ਮਕਸਦ ਬਣਾਈਏ ਤੇ ਮਕਸਦ ਤੁਹਾਨੂੰ ਪਾਰ ਲੈ ਕੇ ਜਾਂਦੇ ਤੇ ਉਹ ਇਜਾਜ਼ਤ ਫਿਰ ਬਣਾਈ ਸਤਿ ਸ਼੍ਰੀ ਅਕਾਲ